ਪਟਿਆਲਾ ਦੇ ਕਲੋਣੀ ਗੇਟ ਤੋਂ ਡਕਾਲਾ ਰੋਡ ਵੱਲ ਜਾਂਦੀ ਹੋਈ ਇੱਕ ਆਲਟੋ ਗੱਡੀ ਵਿੱਚ ਸ਼ਾਰਟ ਸਰਕਟ ਹੋਣ ਕਰਕੇ ਅਚਾਨਕ ਧੂਆਂ ਉੱਠਣਾ ਸ਼ੁਰੂ ਹੋ ਗਿਆ। ਕਾਰ ਚਾਲਕ ਤੁਰੰਤ ਆਪਣੇ ਪਰਿਵਾਰ ਦੇ ਨਾਲ ਗੱਡੀ 'ਚੋਂ ਬਾਹਰ ਨਿਕਲਿਆ। ਜਦੋਂ ਅਮਰਜੀਤ ਆਪਣੇ ਪਰਿਵਾਰ ਨੂੰ ਲੈ ਕੇ ਬਾਹਰ ਨਿਕਲਿਆ ਤਾਂ ਇੱਕਦਮ ਗੱਡੀ ਦੇ ਵਿੱਚ ਇੰਨੀ ਭਿਆਨਕ ਅੱਗ ਲੱਗੀ ਕਿ ਗੱਡੀ ਮਿੰਟਾਂ ਦੇ ਵਿੱਚ ਸੜ ਕੇ ਸਵਾਹ ਹੋ ਗਈ। ਇਸ ਦੌਰਾਨ ਰਾਗੀਰਾ ਨੇ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ ਤਾਂ ਫਾਇਰ ਬ੍ਰਿਗੇਡ ਦੀ ਟੀਮ ਨੇ ਬੜੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾਇਆ। ਹਾਂਜੀ ਭਾਅ ਜੀ, ਕੀ ਨਾਮ ਹੈ? ਅਮਰਜੀਤ ਸਿੰਘ ਜੀ। ਭਾਅ ਜੀ, ਕਿੱਥੇ ਦੇ ਰਹਿਣ ਵਾਲੇ? ਅਸੀਂ ਪਿੰਡ ਘੜਾਮ ਦੇ ਰਹਿਣ ਵਾਲੇ ਹਾਂ। ਅਤੇ ਅੱਗ ਲੱਗਣ ਦਾ ਕਾਰਨ ਕੀ ਹੈ ਅਤੇ ਗੱਡੀ ਕਿਹੜੀ ਸੀ? ਸਰ, ਗੱਡੀ ਅਲਟੋ ਸੀ ਅਤੇ ਆਪਣਾ ਜਾ ਰਹੇ ਸੀ ਅਸੀਂ ਰਜਿੰਦਰਾ ਹੋਸਪਿਟਲ ਜਾਣਾ ਸੀ ਦਵਾਈ ਲੈਣ। ਅਤੇ ਸਰ, ਉਹ ਜਾਂਦੇ ਜਾਂਦੇ ਗੱਡੀ ਮਤਲਬ ਸ਼ੋਰਟ ਸਰਕਟ ਦੇ ਕਾਰਨ ਅੱਗੋਂ ਬੁਨਟ ਦੇ ਕੋਲੋਂ ਮਤਲਬ ਜਿਹੜਾ ਸਟੇਅਰਿੰਗ ਦੇ ਕੋਲੋਂ ਮਤਲਬ ਕਾਫੀ ਧੂੰਆਂ ਵਗੈਰਾ ਆਉਣ ਲੱਗ ਗਿਆ ਅਤੇ ਅਸੀਂ ਘਬਰਾ ਗਏ। ਅਸੀਂ ਇੱਕੋਦਮ ਬੱਚਿਆਂ ਨੂੰ ਅਤੇ ਵਾਈਫ ਨੂੰ ਬਾਹਰ ਕੱਢਿਆ। ਉਸ ਤੋਂ ਬਾਅਦ ਅਸੀਂ ਮਕੈਨਿਕ ਨੂੰ ਬੁਲਾਉਣ ਗਏ ਅਤੇ ਆਉਂਦੇ ਆਉਂਦੇ ਨੂੰ ਦੇਖਿਆ ਕਿ ਗੱਡੀ ਬਾਅਦ ਕਾਫੀ ਜ਼ਿਆਦਾ ਅੱਗ ਫੜ ਚੁੱਕੀ ਸੀ। ਟੋਟਲ ਕਿੰਨੇ ਪਰਿਵਾਰ ਮੈਂਬਰ ਸੀ? ਅਸੀਂ ਚਾਰ ਸੀ ਜੀ। ਸਾਰੇ ਸੁਰੱਖਿਅਤ? ਹਾਂਜੀ, ਸਾਰੇ ਸੁਰੱਖਿਅਤ। ਕੀ ਸੀਐਨਜੀ ਸੀ ਦੀ ਆ? ਨਹੀਂ, ਪੈਟਰੋਲ ਸੀ ਗੱਡੀ। ਸੋਲਚਾ ਕਿੰਨਾ ਲੋਈ ਆ? ਹਾਂਜੀ, ਗੱਡੀ ਕਿਹੜੀ ਹੈ? ਗੱਡੀ ਅਲਟੋ। ਸਰ, ਇਹ ਗੱਡੀ ਅੱਗ ਲੱਗੀ ਹੈ, ਕਾਰਨ ਕੀ ਹੈ ਇਹਦਾ? ਅੱਗ ਲੱਗਣ ਦਾ ਕਾਰਨ ਸਾਨੂੰ ਸੂਚਨਾ ਮਿਲੀ ਕਿ ਨਦੀ ਦੇ ਨਾਲ ਨਾਲ ਸੜਕ, ਮੇਨ ਸੜਕ 'ਤੇ ਗੱਡੀ ਨੂੰ ਅੱਗ ਲੱਗੀ ਆ। ਅਸੀਂ ਇਮੀਡੀਏਟਲੀ ਗੱਡੀ ਪਹੁੰਚੀ ਅਤੇ ਗੱਡੀ 'ਤੇ ਅੱਗ ਬੁਝਾਇਆ ਜੀ। ਮਾਲਕਾਂ ਦੇ ਕਹਿਣ ਅਨੁਸਾਰ ਸ਼ੋਰਟ ਸਰਕਟ ਹੋਇਆ, ਨੀਚੇ ਤੋਂ ਅੱਗ ਲੱਗੀ ਹੈ, ਇਸ ਕਰਕੇ ਗੱਡੀ ਨੂੰ ਅੱਗ ਲੱਗੀ। ਪਰਿਵਾਰ ਨੂੰ ਵਿੱਚੋਂ ਕੱਢ ਲਿਆ ਗਿਆ ਮੌਕੇ 'ਤੇ। ਕਿੰਨੇ ਲੋਕ ਮੌਜੂਦ ਸੀ ਸਰ ਗੱਡੀ 'ਚ? ਇਹਨਾਂ ਪਰਿਵਾਰ ਮੌਜੂਦ ਸੀ ਜੀ ਨਾਲ। ਕਿੰਨੇ ਲੋਕ ਟੋਟਲ? ਚਾਰ ਲੋਕ ਸੀ ਜੀ। ਬੱਚੇ ਸਾਰੇ ਸਾਰੇ ਸੁਰੱਖਿਅਤ ਨੇ, ਸਾਡੇ ਆਉਣ ਨੂੰ ਪਹਿਲਾਂ ਕੱਢ ਲਿੱਤੀ। ਅਤੇ ਹੁਣ ਅੱਗ ਬੁਝਾ ਲਈ ਗਈ? ਹੁਣ ਅੱਗ ਬੁਝ ਗਈ ਹੈ, ਕੰਟਰੋਲ ਹੈ, ਪਰ ਗੱਡੀ ਨੁਕਸਾਨ ਕਾਫੀ ਹੋਇਆ। ਸਰ, ਗੱਲ ਕਰੀਏ ਗੈਸ ਕੀ ਹੈ? ਉਹਦੇ ਪੈਟਰੋਲ 'ਤੇ ਸੀ? ਇਹ ਪੈਟਰੋਲ 'ਤੇ, ਗੈਸ 'ਤੇ, ਪੈਟਰੋਲ 'ਤੇ, ਸੀ ਐਨ ਜੀ ਵਗੈਰਾ 'ਤੇ ਕੁਛ ਨਹੀਂ, ਪੈਟਰੋਲ 'ਤੇ। ਹੁਣ ਅੱਗ ਕੰਟਰੋਲ? ਹੁਣ ਕੰਟਰੋਲ ਆ ਗਿਆ।